ਸਤਿ ਸ਼੍ਰੀ ਅਕਾਲ ਕਿਸਾਨ ਵੀਰਿਓ, ਅੱਜ ਤੁਹਾਡੇ ਨਾਲ ਗੱਲ ਕਰਦੇ ਹਾਂ ਜੋ ਕਿ ਪੰਜਾਬ ਗੌਰਮੈਂਟ ਦੁਆਰਾ ਜੋ ਪੋਰਟਲ ਬਣਾਇਆ ਗਿਆ ਜਿਸ ਰਾਹੀਂ ਕਿਸਾਨ ਵੀਰੇ ਨੂੰ ਪੇਮੈਂਟ ਹੋਣੀ ਹੈ, ਉਸ ਬਾਰੇ ਗੱਲ ਕਰਦੇ ਹਾਂ। ਪਹਿਲਾਂ ਤੁਸੀਂ ਗੂਗਲ 'ਤੇ ਜਾ ਕੇ ਇੱਥੇ ਵੈਬਸਾਈਟ www anaajkharid.in 'ਤੇ ਕਲਿੱਕ ਕਰੋਗੇ ਤਾਂ ਉਸ ਤੋਂ ਬਾਅਦ ਤੁਹਾਨੂੰ ਇਸ ਤਰ੍ਹਾਂ ਦੀ ਡਿਸਪਲੇ ਦਿਸੇਗੀ ਜੋ ਕਿ ਪਹਿਲਾ ਆਪਸ਼ਨ ਹੈ ਪੰਜਾਬ ਖਰੀਦ ਅਨਾਜ ਖਰੀਦ ਦਾ। ਉਸ 'ਤੇ ਜਾ ਕੇ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਪੇਜ ਖੁੱਲ੍ਹ ਜਾਵੇਗਾ ਜਿਸ ਵਿੱਚ ਤੁਸੀਂ ਸੈਕਿੰਡ ਆਪਸ਼ਨ 'ਤੇ ਕਲਿੱਕ ਕਰਨਾ ਹੈ ਕਿਸਾਨ ਰਜਿਸਟ੍ਰੇਸ਼ਨ। ਉਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਡਿਸਪਲੇ ਸ਼ੋ ਹੋਵੇਗੀ ਜਿਸ ਵਿੱਚ ਦੋ ਆਪਸ਼ਨ ਦਿੱਤੇ ਗਏ ਹਨ, ਨਵੀਂ ਰਜਿਸਟ੍ਰੇਸ਼ਨ ਅਤੇ ਪਹਿਲਾਂ ਤੋਂ ਜਿਹੜੇ ਰਜਿਸਟਰ ਹਨ। ਸੋ ਜੇ ਤੁਸੀਂ ਕੋਈ ਅਪਡੇਸ਼ਨ ਜਾਂ ਕੋਈ ਸਾਡੇ ਕੋਲ ਗਲਤੀ ਹੋਈ ਹੈ ਉਹ ਠੀਕ ਕਰਨੀ ਹੈ, ਅਪਡੇਸ਼ਨ ਕਰਨ ਲਈ ਤੁਸੀਂ ਦੂਜੇ ਆਪਸ਼ਨ ਪਹਿਲਾਂ ਤੋਂ ਹੀ ਰਜਿਸਟਰ 'ਤੇ ਕਲਿੱਕ ਕਰੋਗੇ ਤਾਂ ਉਸ ਵਿੱਚ ਤੁਹਾਨੂੰ ਮੋਬਾਇਲ ਨੰਬਰ ਦਰਜ ਕਰਨਾ ਪਏਗਾ, ਜੋ ਮੋਬਾਇਲ ਨੰਬਰ ਹੈ ਮੋਬਾਇਲ ਨੰਬਰ ਦਰਜ ਕਰਕੇ ਤੁਹਾਡੇ ਰਜਿਸਟਰ ਮੋਬਾਇਲ ਨੰਬਰ 'ਤੇ ਇੱਕ ਓ ਟੀ ਪੀ ਆਵੇਗਾ, ਉਹ ਓ ਟੀ ਪੀ ਤੁਸੀਂ ਵਿੱਚ ਐਡ ਕਰਨਾ ਹੈ ਇਸ ਬੋਕਸ ਦੇ ਵਿੱਚ ਐਡ ਕਰਕੇ, ਅਤੇ ਫਿਰ ਤੁਹਾਡਾ ਜਿਹੜਾ ਡਾਟਾ ਸ਼ੋ ਹੋਵੇਗਾ ਜਾਂ ਤੁਹਾਨੂੰ ਪਤਾ ਲੱਗੇਗਾ ਤੁਹਾਡਾ ਡਾਟਾ ਉੱਪਰ ਫੀਡ ਹੋਇਆ ਕਿ ਨਹੀਂ ਹੋਇਆ। ਇਸ ਤਰ੍ਹਾਂ ਇਹ ਓ ਟੀ ਪੀ ਆਇਆ ਹੈ ਜੋ ਕਿ ਪੰਜਾਬ ਗੌਰਮੈਂਟ ਦੁਆਰਾ ਭੇਜਿਆ ਜਾਂਦਾ ਹੈ ਮੈਸੇਜ ਰਾਹੀਂ। ਇਹ ਓ ਟੀ ਪੀ ਆਪਾਂ ਦਰਜ ਕਰਦੇ ਹਾਂ। ਓ ਟੀ ਪੀ ਦਰਜ ਕਰਨ ਤੋਂ ਬਾਅਦ ਆਪਣਾ ਜੋ ਕਿ ਫਰੰਟ ਖੁੱਲ੍ਹ ਜਾਵੇਗਾ, ਇਸ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਯੂਜ਼ਰ ਦਾ ਨਾਮ ਹੈ, ਨਾਮ, ਪਿਤਾ ਦਾ ਨਾਮ ਅਤੇ ਦਾਦੇ ਦਾ ਨਾਮ, ਇਹ ਬਿਲਕੁਲ ਸਹੀ ਹੋਣੇ ਚਾਹੀਦੇ ਨੇ ਜੋ ਕਿ ਆਪਣੀ ਅਕਾਊਂਟ ਦੇ ਵਿੱਚ ਹਨ। ਜੇਕਰ ਇੱਕ ਅੱਧਾ ਵੀ ਜਾਂ ਲਾਸਟ ਨੇਮ ਜਾਂ ਕੁਛ ਵੀ ਗਲਤ ਹੋਇਆ ਤਾਂ ਕੋਈ ਪ੍ਰੋਬਲਮ ਪੈ ਸਕਦੀ ਪੇਮੈਂਟ 'ਚ। ਇਸ ਲਈ ਤੁਸੀਂ ਮੋਬਾਇਲ ਨੰਬਰ, ਆਧਾਰ ਕਾਰਡ ਵੀ ਚੈੱਕ ਕਰ ਸਕਦੇ ਹਾਂ, ਆਪਣਾ ਬਿਲਕੁਲ ਪੂਰਾ ਐਡਰੈਸ ਇਹ ਵੀ ਬਿਲਕੁਲ ਸਹੀ ਹੋਣਾ ਚਾਹੀਦਾ, ਫਿਰ ਬੈਂਕ ਦਾ ਵੇਰਵਾ ਕਿਹੜੀ ਬੈਂਕ ਆ, IFC ਕੋਡ ਸਹੀ ਆ ਜਾਂ ਅਕਾਊਂਟ ਨੰਬਰ ਵੀ ਆਪਣਾ ਦੇਖ ਸਕਦੇ ਹਾਂ। ਜੇ ਕੋਈ ਗਲਤੀ ਆ ਤੁਸੀਂ ਪਹਿਲਾਂ ਹੀ ਇਸ ਰਾਹੀਂ ਅਪਡੇਸ਼ਨ ਕਰਕੇ ਚੈੱਕ ਕਰ ਸਕਦੇ ਹਾਂ। ਥੱਲੇ ਕੈਂਸਲ ਚੈੱਕ ਹੈ, ਚੈੱਕ ਵੀ ਅਪਲੋਡ ਕੀਤਾ ਗਿਆ ਹੈ, ਆਪਣਾ ਪੂਰਾ ਐਡਰੈਸ, ਬੈਂਕ ਦਾ ਐਡਰੈਸ, ਇਹ ਦੋ ਆਪਸ਼ਨ ਹਨ। ਜੇਕਰ ਤੁਹਾਡਾ ਸਹੀ ਆ ਤੁਸੀਂ ਕਲੋਜ਼ ਕਰ ਸਕਦੇ ਹਾਂ, ਅਦਰਵਾਈਜ਼ ਤੁਸੀਂ ਅਪਡੇਸ਼ਨ ਕਰਕੇ ਇਸ ਨੂੰ ਸਹੀ ਕਰ ਸਕਦੇ ਹਾਂ, ਐਡਿਟ ਕਰ ਸਕਦੇ ਹਾਂ। ਸੋ ਤੁਹਾਡੇ ਨਾਲ ਅੱਜ ਇਹੀ ਗੱਲ ਕਰਨੀ ਸੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੇਰਾ ਯੂਟਿਊਬ ਚੈਨਲ ਲੇਟੈਸਟ ਐਗਰੀਕਲਚਰਲ ਇਨਫੋ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗੇ ਬੈੱਲ ਆਈਕਨ ਨੂੰ ਕਲਿੱਕ ਕਰੋ ਤਾਂ ਜੋ ਸਾਡੇ ਦੁਆਰਾ ਨਵੀਂ ਅਪਲੋਡ ਕੀਤੀ ਗਈ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਸੋ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰੋ, ਤੁਹਾਡਾ ਇਸ ਤਰ੍ਹਾਂ ਹੀ ਪਿਆਰ ਮਿਲਦਾ ਰਹੇ, ਐਵੇਂ ਅੱਗੇ ਵੀ ਨਵੀਆਂ ਵੀਡੀਓ ਲੈ ਕੇ ਆਵਾਂਗਾ। ਥੈਂਕ ਯੂ।